ਜੰਗ ਦੇ ਵਿੱਚ ਲਹੂ ਲੋਹਾਨ ਤਾਂ ਹੋ ਗਈ ਪਰ ਬਹਾਦਰੀ ਕੋਈ ਮਿਸਾਲ ਨਹੀਂ ਮਰਦਾਨਾ ਪਹਿਰਾਵਾ ਤਾਇਓ ਤਾਂ ਸਿੱਖ ਇਤਿਹਾਸ ਚ ਕਿਸੇ ਗੂੰਜਦੇ ਨਹੀਂ ਖੂਬ ਲੜੀ ਸੀ ਉਹ ਮੈਦਾਨੇ ਜੰਗ ਦੇ ਵਿੱਚ ਤੁਰਕਾ ਦੇ ਨਾਲ ਉਹ ਸੰ ਉਹ ਸੰ ਮਾਈ ਪਾਗੋ ਮਾਈ ਬਾਕਰ ਪੈਦਾਇਸ਼ ਤਰਨ ਤਰਨ ਤੋਂ 6 ਕੁ ਮਿਲਦੀ ਵਿੱਤੇ ਪਿੰਡ ਜਬਾਲ ਗੁਰਸਿੱਖ ਪਰਵਾਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਰਧਾਲੂ ਭਾਈ ਲੰਗਾ ਪੱਟੀ ਦੇ ਇਲਾਕੇ ਦਾ ਚੌਧਰੀ ਭਾਈ ਲੰਗਾ 80 ਪਿੰਡਾਂ ਦਾ ਮਾਮਲਾ ਇਕੱਠਾ ਕਰਦੇ ਤੇ ਸਰਕਾਰੀ ਖਜ਼ਾਨੇ 'ਚ ਦਾਖਲ ਕਰਵਾ ਦਿੰਦੇ ਲਾਤਾ ਸਰਕਾਰੀ ਭੈ ਦਾ ਜੁਲਾ ਗੁਰੂ ਸਾਹਿਬ ਦੇ ਸ਼ਰਧਾਲੂ ਬਣ ਗਏ ਭਾਈ ਲੰਗਾ ਦੇ ਪਰਾ ਪੈਰੋਸ਼ਾ ਉਹਨਾਂ ਦੇ ਪੁੱਤਰ ਮਾਲੇਸ਼ਾ ਤਿੰਨ ਪਰਾਵਾਂ ਤੋਂ ਬਾਅਦ ਤੀਜ ਦੀ ਪਦੈਸ਼ ਨਾ ਰੱਖਿਆ ਭੱਗ ਭਾਕਰ ਛੇਵੇਂ ਗੁਰੂ ਸਾਹਿਬਾਨ ਤੋਂ ਦਸਵੇਂ ਗੁਰੂ ਸਾਹਿਬਾਨ ਤੱਕ ਪੰਜਾ ਗੁਰੂਆਂ ਦੇ ਦਰਸ਼ਨ ਗੁਰੂ ਘਰ ਦੇ ਨਾਲ ਗੂੜਾ ਰਿਸ਼ਤਾ ਸੀ ਬਾਲ ਉਮਰੀ ਸ਼ਾਸਤਰ ਅਭਿਆਸ ਦੀ ਤਾਲੀਮ ਮਹਾਨ ਜਰਨੈਲ ਬਣੀ ਸੀ ਉਹ ਮਾਈ ਭਾਗੋ ਸਾਰੇ ਆਖ ਦੇ ਭਾਗ ਭਰੀ ਪਰ ਸਖੀਆਂ ਸਹੇਲੀਆਂ ਉਹ ਸੱਦੀਆਂ ਸਨ ਭਾਗੋ ਸੱਤ ਅੱਠ ਵਰਿਆਂ ਦੇ ਸਨ ਮਾਈ ਭਾਗੋ ਜੀ ਕਿ ਉਹਨਾਂ ਦੇ ਮਾਤਾ ਜੀ ਸਤਗੁਰ ਦੇ ਦਰਬਾਰ ਲੈ ਜਾਂਦੇ ਉਸ ਵਕਤ ਗੁਰਿਆਈ ਦੀ ਗੱਦੀ ਤੇ ਵਿਰਾਜਮਾਨ ਸਨ ਸਹਬ ਸ਼੍ਰੀ ਹਰ ਰਾਏ ਜੀ ਨਿੱਕੀ ਜੀ ਲੜਕੀ ਇੰਨੀ ਸ਼ਰਧਾ ਤੇ ਪਿਆਰ ਸਤਵੇਂ ਪਾਤਸ਼ਾਹ ਨੇ ਸਿਰ ਤੇ ਪਿਆਰ ਭਰਾਇਆ ਤੇ ਕਿਹਾ ਬੜੀ ਸਿਦਕਵਾਨ ਤੇ ਪਾਗਾ ਵਾਲੀ ਹੋਵੇਗੀ ਨਾਂ ਵੀ ਉੱਗਾ ਹੋਵੇਗਾ ਰਤਾ ਕੁ ਵੱਡੀ ਹੋਈ ਤੇ ਪਿਤਾ ਜੀ ਦੇ ਨਾਲ ਸ਼੍ਰੀ ਗੁਰੂ ਤੇਜ ਬਹਾਦਰ ਜੀ ਦੇ ਦਰਬਾਰ ਚ ਜਾਂਦੀ ਹੁੰਦੀ ਸੀ ਦਰਸ਼ਨਾਂ ਦੇ ਲਈ ਬੇਮਿਸਾਲ ਸ਼ਹੀਦੀ ਦੀ ਖਬਰ ਮਿਲੀ ਕਹਿਣ ਲੱਗੀ ਪਿਤਾ ਜੀ ਮੇਰਾ ਦਿਲ ਕਰਦਾ ਮੈਂ ਤਲਵਾਰ ਲੈ ਕੇ ਹੁਣੇ ਹੀ ਦਿੱਲੀ ਚਲੀ ਜਾਵਾਂ ਦੁਸ਼ਟਾਂ ਦਾ ਖਾਤਮਾ ਕਰਾਵਾਂ ਜਿਨ੍ਹਾਂ ਨੇ ਮੇਰੇ ਸ਼ਾਨ ਸ਼ਾ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ ਅਨੰਦਪੁਰ ਕਿਲੇ ਦੀ ਜੰਗ ਦੀ ਦਾਸਤਾਨ ਕਈ ਮਹੀਨੇ ਜੰਗ ਚਲੀ ਸ਼ਾਹੀ ਫੌਜ ਦਾ ਘੇਰਾ ਖਾਣ ਪੀਣ ਦਾ ਸਾਰਾ ਸਮਾਨ ਖਤਮ ਹੋ ਗਿਆ ਭੁੱਖ ਤੇ ਦੁੱਖ ਦਾ ਵੀ ਘੇਰਾ ਮਾਝੇ ਦੇ 40 ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਗਈ ਤੁਰ ਪੇ ਘਰੋ ਘਰੀ ਸੋਚਿਆ ਘਰ ਪਰਿਵਾਰ ਖੁਸ਼ ਹੋਵੇਗਾ ਪਰ ਹੋਇਆ ਕੀ ਸਵਾਗਤ ਦੀ ਜਗ੍ਹਾ ਤੰਨੇ ਮੀਨੇ ਮੁਸੀਬਤ ਵਕਤ ਗੁਰੂ ਸਾਹਿਬ ਦਾ ਘਰ ਛੱਡ ਆਇਓ ਵੇਖਿਆ ਸੁਣਿਆ ਤੇ ਮਾਈ ਭਾਗੂ ਦਾ ਖੂਨ ਖਲ ਉਠਿਆ ਝਟਕੇ ਨਾਲ ਉੱਠੀ ਸਿੰਘਾਂ ਦਾ ਬਾਣਾ ਪਾਇਆ ਹੱਥ ਤਲਵਾਰ ਫੜੀ ਸਿੰਘਾਂ ਨੂੰ ਵੰਗਾਰਿਆ ਤੁਸੀਂ ਕਾਇਰ ਹੋ ਬੁਝਦਿਲ ਹੋ ਤੁਸੀਂ ਮਾਝੇ ਦਾ ਨਾਂ ਖਰਾਬ ਕੀਤਾ ਚੂੜੀਆਂ ਲਾ ਕੇ ਉਹਨਾਂ ਦੇ ਅੱਗੇ ਸੁੱਟਦੀਆਂ ਤੁਸੀਂ ਇਹਨਾਂ ਨੂੰ ਪਾ ਕੇ ਘਰ ਬੈਠੋ ਚੁੱਲਾ ਚੌਕਾ ਸੰਭਾਲੋ ਅਸੀਂ ਸਾਰੀਆਂ ਆਨੰਦਪੁਰ ਜਾ ਕੇ ਗੁਰੂ ਸਾਹਿਬ ਦੇ ਨਾਲ ਖੜੇ ਹੋ ਕੇ ਮੁਕਾਬਲਾ ਕਰਾਂਗੇ ਅਗਵਾਈ ਮਾਈ ਭਗੋਦੀ ਤੇ ਤਿਆਰ ਹੋ ਗਈਆਂ ਸਭ ਸਿੰਘਨੀਆਂ ਗਲਤੀ ਦਾ ਅਹਿਸਾਸ ਹੋਇਆ ਸਿੰਘਾਂ ਨੂੰ ਗੁਰੂ ਜੀ ਦੇ ਪਰਿਵਾਰ ਦੇ ਖੇਰੂ ਖੇਰੂ ਹੋਣ ਦਾ ਮੁਗਲ ਫੌਜਾਂ ਵੱਲੋਂ ਗੁਰੂ ਜੀ ਦਾ ਪਿੱਛਾ ਕਰਨ ਦਾ ਖਬਰ ਸੁਨੀਆਂ ਜਮੀਰ ਨੇ ਹਿਲੋਣਾ ਖਾਤਾ ਅਹਿਸਾਸ ਹੋਇਆ ਮਾਈ ਭਾਗੋ ਨੇ ਮੁਰਸਲਾ ਦਿੱਤੀ ਗੁਰੂ ਜੀ ਦੇ ਚਰਨਾਂ ਲੱਗ ਜਾਓ ਬਸ ਫਿਰ ਕਿਸੀ ਤਰਪ ਸਿੰਘ ਲੜਨ ਮਰਨ ਲਈ ਕਈ ਦੁੱਖ ਭਰੀਆਂ ਖਬਰਾਂ ਮਿਲੀਆਂ ਤੇ ਪੁੱਛਦੇ ਪੁਛਾਂਦੇ ਗੁਰੂ ਜੀ ਦੇ ਮਗਰੇ ਮਗਰੇ ਹੁਣ ਗੁਰੂ ਜੀ ਖਿਦਰਾਣੇ ਦੀ ਠਾਵਲ ਸੁੱਕੇ ਕਾਨਿਆਂ ਵਗੈਰਾ ਚੁਲੰਗੀ ਤਾਂ ਮਹਾ ਸਿੰਘ ਬੋਲੇ ਵੈਰੀ ਦਲ ਨੂੰ ਰੋਕ ਕੇ ਰੱਖ ਦਈਏ ਗੁਰੂ ਜੀ ਵੱਲ ਨਾ ਜਾਣਦੇ ਹੀ ਸਾਰੇ ਸਿੰਘ ਵਾਧੂ ਕਪੜੇ ਤੇ ਚਾਦਰਾਂ ਵਗੈਰਾ ਬੋਰੀਆਂ ਦੇ ਕੰਡਿਆਂ ਤੇ ਪਾ ਲੈ ਵੈਰੀ ਨੂੰ ਧੋਖਾ ਦੇਣ ਦੇ ਲਈ ਸੰਗਨੇ ਲੁੱਕ ਮੋਰਚਿਆਂ ਤੇ ਲੁੱਕ ਕੇ ਪੰਜ-ਪੰਜ ਦਾ ਜੱਥਾ ਨਿਕਲਦਾ ਤੇ ਬੱਕੀ ਪਿੱਛੋਂ ਬੰਦੂਕਾਂ ਤੇ ਤੀਰਾਂ ਦਾ ਮੀਵਰੋਂਦਾ ਕਈ ਵੈਰੀ ਡੈਢੇਰੀ ਹੋਗੇ ਕਈ ਸਿੰਘ ਵੀ ਸ਼ਹੀਦ ਹੋਗੇ ਸ਼ਹੀਦਾਂ ਦੇ ਪਿੱਛੇ ਦਾ ਮੋਰਚਾ ਮਾਈ ਬਾਕਰ ਹੱਥ ਚ ਸਾਂਗ ਤੇ ਪਹਿਰਾਵਾ ਪਹਿਰਾਵਾ ਮਰਦਾ ਵਾਲਾ ਵजीर खान ਤੇ ਉਹਦੀ ਸੈਨਾ ਢਾਬ ਵੱਲ ਵੱਧੀ ਪਿੱਬੀ ਸੁੱਕੀ ਵੇਖੀ ਸਿੱਖਾਂ ਦੀਆਂ ਲਾਸ਼ਾਂ ਫੋਲੀਆਂ ਪਰ ਕਲਗੀ ਵਾਲੇ ਦਾ ਸਰੀਰ ਕਿਤੇ ਨਾ ਮਿਲਿਆ ਸ਼ਰਮਸਾਰ ਤੇ ਮਾਇੂਸ ਹੋਇਆ ਅੱਗੇ ਵਧਿਆ ਤਾਂ ਮਾਤਾ ਪਾਕਰ ਫੱਟੜ ਹੋਈ ਹੱਥ 'ਚ ਸਾਂਗ ਫੜੀ ਪਹਿਰੇਦਾਰ ਵਾਂਗਰ ਅਡੋਲ ਖੜੀ ਸੀ ਤੁਰਕ ਅੱਗੇ ਵਧਦੇ ਤਾਂ ਪਰੋ ਕੇ ਰੱਖ ਦਿੰਦੀ ਇੱਕ ਤੁਰਕ ਦੀ ਤਲਵਾਰ ਦਾ ਵਾਰ ਮਾਤਾ ਭਾਕ ਕਰਤੇ ਮਾਤਾ ਨੇ ਢਾਲ ਤੇ ਵਾਰ ਝੱਲਿਆ ਤੇ ਉਹਦੇ ਡਿੱਡ ਚ ਖਬੋ ਦਿੱਤਾ ਜ਼ਖਮੀ ਹੋਈ ਇੱਕ ਹੋਰ ਤੁਰਕ ਦਾ ਹਮਲਾ ਹੋਇਆ ਮਾਤਾ ਜੀ ਧਰਤੀ ਤੇ ਡਿੱਗ ਪਏ ਨਿਢਾਲ ਤੇ ਲਹੂ ਲੋਹਾਨ ਦੇਖ ਕੇ ਤੁਰਕ ਅੱਗੇ ਵਧ ਗਏ ਵਜ਼ੀਰ ਖਾਨ ਕਈ ਮੀਲਾਂ ਦਾ ਸਫ਼ਰ ਉੱਤ ਸਿੰਘਾਂ ਨਾਲ ਜਾਨ ਤੋੜ ਮੁਕਾਬਲਾ ਗਰਮੀ ਦੀ ਰੁੱਤ ਸੀ ਤਰੇ ਲੱਗੀ ਅੱਗੇ ਵੱਧਦੇ ਤਾਂ 30 ਮੀਲ ਤੱਕ ਪਾਣੀ ਨਹੀਂ ਸੀ ਪਿੱਛੇ 10 ਮੀਲ ਦੀ ਵਿਥ ਤੇ ਪਾਣੀ ਮਿਲਦਾ ਹੋਰ ਲੜਨ ਦੀ ਹਿੰਮਤ ਕਿੱਥੇ ਬੇਤਰ ਸਮਝਿਆ ਤੇ ਮੁੜ ਗਿਆ ਪੇਸ਼ਾਵਲ ਇੱਧਰ ਇੱਧਰ ਗੁਰੂ ਸਾਹਿਬ ਟਿੱਬੀ ਤੋਂ ਉਤਰ ਭਾਈ ਮਹਾ ਸਿੰਘ ਦਾ ਬੇਦਾਵਾ ਪਾੜ ਟੁੱਟੀ ਕੰਢੀ ਇਸ ਸਥਾਨ ਨੂੰ ਮੁਕਤੀ ਦਾ ਸਰਕੇ ਇਲਾਕੇ ਨੂੰ ਬੜੇ ਵਰ ਦਿੱਤੇ ਸ਼ਹੀਦ ਸਿੰਘਾਂ ਦਾ ਅੰਗੀਠਾ ਤਿਆਰ ਕੀਤਾ ਦਾਗ ਦੇ ਕੇ ਲਾਗੇ ਪਾਠ ਕਰਨ ਲੱਗੇ ਇੱਕ ਸਿੰਘ ਆਇਆ ਗੁਰੂ ਜੀ ਨੂੰ ਦੱਸਿਆ ਮੇਰੇ ਸੱਚੇ ਪਾਤਸ਼ਾਹ ਉੱਥੇ ਇੱਕ ਮਾਤਾ ਦਾ ਸਰੀਰ ਪਿਆ ਹੋਇਆ ਪਰ ਅਜੇ ਸਾ ਆਉਂਦੇ ਨਹੀਂ ਗੁਰੂ ਜੀ ਪੁੱਜ ਗਏ ਉੱਥੇ ਮਾਤਾ ਜੀ ਦੀ ਸੰਗ ਇਕ ਤੁਰਕ ਦੇ ਪੇਟ ਚ ਖੁੱਭੀ ਪਈ ਸੀ ਲਾਗੇ ਢੇਰ ਪਿਆਸੀ ਉਹ ਤਿੰਨ ਚਾਰ ਹੋਰ ਵੀ ਲਾਸ਼ਾਂ ਮਾਤਾ ਜੀ ਨੂੰ ਜਲ ਸ਼ਿਕਾਇਆ ਹੋਸ਼ ਆਈ ਜੰਗ ਦਾ ਅਖੀ ਡਿਠਾ ਹਾਲ ਦੱਸਿਆ ਗੁਰੂ ਜੀ ਨੇ ਮलम पट्टी ਕੀਤੀ ਤੇ ਰਾਜੀ ਹੋ ਗਈ ਮਾਤਾ پاکੌਰ ਜੀ ਪਰ ਉਹਨਾਂ ਦੇ ਪਰਾ ਤੇ ਪਤੀ ਉਹ ਸ਼ਹਾਦਤ ਪਾ ਗਏ ਲੰਮਾ ਵਕਤ ਗੁਰੂ ਜੀ ਦੇ ਨਾਲ ਦਮਦਮਾ ਸਾਹਿਬ ਹਜੂਰੀ ਮਤਾਵਾ ਸਾਹਿਬ ਕੌਰ ਤੇ ਸੁੰਦਰ ਕੌਰ ਦੇ ਨਾਲ ਬਾਕੀ ਜੀਵਨ ਫਕੀਰ ਰੂਪ ਫਿਰ ਫਿਰ ਮਾਤਾ ਪਾਕਰ ਗੁਰੂ ਜੀ ਨਾਲ ਦਮਦਮੇ ਤੋਂ ਨਦੇਰ ਵੱਲ ਗੁਰੂ ਧਾਮ ਦੇ ਦਰਸ਼ਨ ਕੀਤੇ ਪਿੰਡ ਜਨਵੜਾ ਜਨਵੜੇ ਦੀ ਗੜੀ ਬਦਲ ਕਰਨਾਟਕਾ ਉਥੋਂ ਬਾਲਰਾਉ ਤੇ ਰੁਸਤਮਰਾਉ ਦੀ ਹਵੇਲੀ ਬਿਰਦ ਉਮਰੇ ਲਵਸ ਮੇਰਾ ਸਸਕਾਰ ਭਾਵੇਂ ਇੱਥੇ ਕਰ ਦੇਣਾ ਪਰ ਮੇਰੇ ਫੁੱਲ ਫੁੱਲ ਹਾਜ਼ੂਰ ਸਾਹਿਬ ਪੇਜ ਦੇਣਾ ਆਖਿਰ ਵਾਹਿਗੁਰੂ ਦੇ ਕੋਦ ਚ ਸਦਾ ਲਿਸ ਹੋਗੇ ਮਾਤਾ ਪਤ